ਜੀ ਨਾਜ਼ਰੀਨ, ਮੈਂ ਮੁਹੰਮਦ ਅਸਲਮ ਖਾਨ ਵਕਾਰ, ਅਸਲਮ ਵਕਾਰ ਆਡੀਓ ਪੀਡੀਆ ਯੂਟਿਊਬ ਚੈਨਲ ਤੋਂ, ਅਤੇ ਅੱਜ ਅਸੀਂ ਐਨਾਲਿਸਿਸ ਕਰਨ ਲੱਗੇ ਹਾਂ ਇੰਡੀਆ ਦੇ ਬੱਲੇਬਾਜ਼ਾਂ ਦਾ। ਅਤੇ ਇੰਡੀਆ ਦੇ ਬੱਲੇਬਾਜ਼ਾਂ 'ਚ ਰੋਹਿਤ ਸ਼ਰਮਾ 151 ਮੈਚ ਖੇਡੇ ਨੇ, 3974 ਰਨ ਬਣਾਏ ਨੇ, ਇਹਨਾਂ ਦੀ ਐਵਰੇਜ 31 ਹੈ, ਅਤੇ ਸਟ੍ਰਾਈਕ ਰੇਟ ਇਹਨਾਂ ਦਾ 139, ਜ਼ਿਆਦਾ ਤੋਂ ਜ਼ਿਆਦਾ ਸਕੋਰ ਇਹਨਾਂ ਦਾ T20 'ਚ 121 ਨਾਟ ਆਊਟ ਹੈ। ਵਿਰਾਟ ਕੋਹਲੀ 117 ਮੈਚ ਖੇਡੇ ਨੇ ਅਤੇ 4037 ਰਨ ਬਣਾਏ ਨੇ, ਐਵਰੇਜ ਇਹਨਾਂ ਦੀ 51.75 ਹੈ, ਅਤੇ ਸਟ੍ਰਾਈਕ ਰੇਟ ਇਹਨਾਂ ਦਾ 138.15 ਦਾ ਹੈ, ਅਤੇ ਹਾਈਐਸਟ ਸਕੋਰ ਇਹਨਾਂ ਦਾ 122 ਨਾਟ ਆਊਟ ਹੈ। ਯਸ਼ਸਵੀ ਜਸਵਾਲ ਨਵੇਂ ਨੌਜਵਾਨ ਬੱਲੇਬਾਜ਼ ਨੇ, 17 ਮੈਚ ਖੇਡੇ ਨੇ, ਵਿਰਾਟ ਕੋਹਲੀ ਤੋਂ 100 ਮੈਚ ਘੱਟ ਖੇਡਿਆ ਇਹਨਾਂ ਨੇ, 502 ਰਨ ਕੀਤੇ ਨੇ, 33 ਇਹਨਾਂ ਦੀ ਐਵਰੇਜ ਹੈ, ਅਤੇ 161 ਇਹਨਾਂ ਦਾ ਸਟ੍ਰਾਈਕ ਰੇਟ ਹੈ, ਅਤੇ ਹਾਈਐਸਟ ਸਕੋਰ 100 ਹੈ। ਅਤੇ ਸੂਰਿਆ ਕੁਮਾਰ ਯਾਦੇਵ 60 ਮੈਚਾਂ 'ਚ 2141 ਰਨ ਬਣਾਏ ਨੇ, 45.55 ਦੀ ਐਵਰੇਜ ਨਾਲ, ਅਤੇ 171 ਇਹਨਾਂ ਦਾ ਸਟ੍ਰਾਈਕ ਰੇਟ, ਅਤੇ 117 ਨਾ ਸਕੋਰ ਇਹਨਾਂ ਦਾ ਹਾਈਐਸਟ। ਅਤੇ ਇਸ ਤਰ੍ਹਾਂ ਇੰਡੀਆ ਦੀ ਬੈਟਿੰਗ ਲਾਈਨ 'ਚ ਪਹਿਲੇ ਚਾਰੇ ਜਿਹੜੇ ਬੱਲੇਬਾਜ਼ ਨੇ ਉਹਨਾਂ ਨੇ ਸੈਂਚਰੀਆਂ ਸਕੋਰ ਕੀਤੀਆਂ ਨੇ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਯਸ਼ਸਵੀ ਜਸਵਾਲ ਅਤੇ ਸੂਰਿਆ ਕੁਮਾਰ ਯਾਦੇਵ। ਸੰਜੂ ਸੈਮਸਨ ਨੇ 25 ਮੈਚਾਂ 'ਚ 374 ਰਨ ਕੀਤੇ, ਇਹਨਾਂ ਦੀ ਐਵਰੇਜ 18.70 ਅਤੇ 77 ਇਹਨਾਂ ਦਾ ਹਾਈਐਸਟ ਸਕੋਰ, ਅਤੇ ਸਟ੍ਰਾਈਕ ਰੇਟ ਇਹਨਾਂ ਦਾ 133। ਰਿਸ਼ਭ ਪੇਂਟ ਵਿਕਟਕੀਪਰ ਬੈਟਸਮੈਨ, 66 ਮੈਚਾਂ 'ਚ 987 ਰਨ ਇਹਨਾਂ ਨੇ ਕੀਤੇ ਨੇ, ਅਤੇ 22.43 ਇਹਨਾਂ ਦੀ ਐਵਰੇਜ ਹੈ, ਅਤੇ 126.37 ਇਹਨਾਂ ਦਾ ਸਟ੍ਰਾਈਕ ਰੇਟ, ਅਤੇ 65 ਨਾਟ ਆਊਟ ਇਹਨਾਂ ਦਾ ਹਾਈਐਸਟ ਸਕੋਰ ਹੈ। ਸ਼ਿਵਮ ਦੁਬੇ 21 ਮੈਚ 276 ਰਨ, 39 ਇਹਨਾਂ ਦੀ ਐਵਰੇਜ, ਅਤੇ 145 ਇਹਨਾਂ ਦਾ ਸਟ੍ਰਾਈਕ ਰੇਟ, ਅਤੇ 63 ਨਾਟ ਆਊਟ ਇਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਕੋਰ। ਅਤੇ ਹਰਦਿਕ ਪਾਂਡੀਆ 92 ਮੈਚਾਂ 'ਚ 1348 ਰਨ ਕੀਤੇ ਨੇ, ਅਤੇ 25.43 ਇਹਨਾਂ ਦਾ ਹੈ ਐਵਰੇਜ, ਅਤੇ 139.83 ਇਹਨਾਂ ਦਾ ਹੈ ਸਟ੍ਰਾਈਕ ਰੇਟ, ਅਤੇ 71 ਨਾਟ ਆਊਟ ਇਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਕੋਰ ਹੈ। ਅਗਰ ਇੰਡੀਆ ਦੀ ਅਸੀਂ ਬੈਟਿੰਗ ਲਾਈਨਅਪ ਨੂੰ ਦੇਖੀਏ ਤਾਂ ਐਵਰੇਜ ਵਾਈਜ਼ ਵਿਰਾਟ ਕੋਹਲੀ ਬਹੁਤ ਹੀ ਕਾਮਯਾਬ ਬੱਲੇਬਾਜ਼ ਨੇ T20 ਦੇ, ਇਹਨਾਂ ਨੇ 51.75 ਦੀ ਐਵਰੇਜ ਨਾਲ T20 'ਚ ਸਕੋਰ ਕੀਤੇ ਨੇ, ਅਤੇ ਸੂਰਿਆ ਕੁਮਾਰ ਯਾਦੇਵ ਇਹਨਾਂ ਨੇ 45.55 ਦੀ ਦੇ ਨਾਲ ਐਵਰੇਜ ਨਾਲ ਸਕੋਰ ਕੀਤਾ। ਅਤੇ ਅਗਰ ਅਸੀਂ ਸਟ੍ਰਾਈਕ ਰੇਟ ਦੇਖੀਏ ਤਾਂ ਸੂਰਿਆ ਕੁਮਾਰ ਯਾਦੇਵ ਦਾ ਸਟ੍ਰਾਈਕ ਰੇਟ 171 ਹੈ, ਅਤੇ ਯਸ਼ਸਵੀ ਜਸਵਾਲ ਜਿਹੜੇ ਨੇ ਇਹਨਾਂ ਦਾ ਸਟ੍ਰਾਈਕ ਰੇਟ 161.93 ਹੈ। ਅਤੇ ਇਸ ਤਰ੍ਹਾਂ ਹੀ ਇੰਡੀਆ ਦੇ ਚਾਰੇ ਬੱਲੇਬਾਜ਼ ਜਿਹੜੇ ਨੇ T20 ਦੇ ਬਹੁਤ ਅੱਛੇ ਪਲੇਅਰ ਨੇ, ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਇੰਡੀਆ ਨੂੰ ਕਿਸੇ ਨਾ ਕਿਸੇ ਮੁਕਾਮ ਤੱਕ ਅਪਣਾਉਣਗੇ। ਅਤੇ ਅਗਲੀ ਵੀਡੀਓ 'ਚ ਅਸੀਂ ਵੇਰਵਾ ਕਰਾਂਗੇ ਇੰਡੀਆ ਦੀ ਬੋਲਿੰਗ ਦਾ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।